ਹਾਂਜੀ ਸਤਿ ਸ਼੍ਰੀ ਅਕਾਲ ਜੀ। ਉਮੀਦ ਕਰਦਾ ਹਾਂ ਸਾਰੇ ਜਣੇ ਚੜ੍ਹਦੀ ਕਲਾ 'ਚ ਹੋਊਗੇ, ਤੰਦਰੁਸਤ ਹੋਊਗੇ ਅਤੇ ਬਹੁਤ ਜ਼ਿਆਦਾ ਖੁਸ਼ ਹੋਊਗੇ ਅਤੇ ਦੇਸ਼ ਦੇ ਬਦਲੋ। ਵੀਡੀਓ ਟੌਪਿਕ ਤੁਸੀਂ ਦੇਖ ਲਿਆ, ਬੜਾ ਇੰਟਰਸਟਿੰਗ ਹੈ। ਅੰਬੈਸੀ ਵੱਲੋਂ ਗਲਤੀ, ਸਟੂਡੈਂਟਸ ਦੁਖੀ। ਜਦੋਂ ਆਪਾਂ ਅੰਬੈਸੀ ਦੇ ਵਿੱਚ ਫਾਈਲ ਲਗਾਉਂਦੇ, ਇੱਥੇ ਆਪਾਂ ਸਟੂਡੈਂਟ ਕੈਟੇਗਰੀ ਦੀ ਗੱਲ ਕਰਾਂਗੇ। ਦੋ ਰਿਜ਼ਲਟ ਹੀ ਆਉਂਦੇ ਨੇ, ਵੀਜ਼ਾ ਜਾਂ ਰਿਜੈਕਸ਼ਨ, ਅਪਰੂਵਲ ਜਾਂ ਰਿਫਿਊਜ਼ਲ। ਰਿਫਿਊਜ਼ਲ ਤਾਂ ਕਿਤੇ ਨਾ ਕਿਤੇ ਇੰਨਾ ਦੁੱਖ ਨਹੀਂ ਹੁੰਦਾ ਬੱਚਿਆਂ ਨੂੰ ਜਿੰਨਾ ਜ਼ਿਆਦਾ ਦੁੱਖ ਹੁੰਦਾ ਪੀ ਪੀ ਆਰ ਆ ਗਈ, ਪੀ ਪੀ ਆਰ ਤੋਂ ਬਾਅਦ ਰਿਫਿਊਜ਼ਲ ਦਾ। ਜਦੋਂ ਮੈਸੇਜ ਫਾਈਲ ਹੁੰਦੀ ਹੈ, ਸਭ ਕੁਛ ਮੈਡੀਕਲ ਅਪਡੇਟ, ਬਾਇਓਮੈਟ੍ਰਿਕ ਅਪਡੇਟ ਹੋ ਜਾਂਦੇ ਨੇ, ਰਿਫਿਊਜ਼ਲ ਆਉਂਦੀ ਹੈ, ਸਿੱਧਾ ਰਿਫਿਊਜ਼ਲ ਆ ਜਾਂਦਾ ਕਿ ਤੁਸੀਂ ਯੂ ਮੇ ਅਪਲਾਈ ਅਗੇਨ। ਅਗਰ ਤੁਸੀਂ ਵਿਸ਼ ਕਰਨਾ ਚਾਹੁੰਦੇ, ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ, ਅਸੀਂ ਤੁਹਾਨੂੰ ਵੀਜ਼ਾ ਨਹੀਂ ਦੇ ਸਕਦੇ। ਬਟ ਪੀ ਪੀ ਆਰ ਪਾਸਪੋਰਟ ਰਿਕੁਐਸਟ ਇਹ ਹੁੰਦਾ ਕਿ ਤੁਹਾਡਾ ਅਪਰੂਵਲ ਆ ਗਿਆ, ਮੇਲ ਆ ਜਾਂਦੀ ਹੈ ਤੁਹਾਨੂੰ ਜੀ ਸੀ ਜੀ ਦੇ ਥਰੂ ਕਿ ਤੁਸੀਂ ਆਪਣਾ ਪਾਸਪੋਰਟ ਭੇਜੋ ਸਟੈਂਪਿੰਗ ਲਈ, ਤਾਂ ਕਿ ਤੁਸੀਂ ਫਲਾਈ ਕਰ ਸਕੋ। ਯੂ ਹੈਵ ਬੀਨ ਅਪਰੂਵਡ ਵਿਦ ਯੋਰ ਵੀਜ਼ਾ, ਤੁਹਾਡਾ ਵੀਜ਼ਾ ਆ ਗਿਆ। ਬਟ ਇਸ ਵੀਡੀਓ ਦੇ ਵਿੱਚ ਪੀ ਪੀ ਆਰ ਜਦੋਂ ਆ ਗਈ, ਪਾਸਪੋਰਟ ਭੇਜਣਾ ਸੀਗਾ, ਨਾਲ ਦੀ ਨਾਲ ਬੱਚੇ ਨੂੰ ਰਿਫਿਊਜ਼ਲ। ਜਦੋਂ ਪੀ ਪੀ ਆਰ ਆਈ, ਪੀ ਪੀ ਆਰ ਆਉਣ 'ਤੇ ਬੱਚਾ ਬੜਾ ਖੁਸ਼, ਬੱਚੇ ਦਾ ਪਰਿਵਾਰ ਖੁਸ਼, ਬੱਚੇ ਨੇ ਜੋ ਪੈਸੇ ਲਾਗਤ ਲਾਏ ਮਜ਼ਬੂਰੀ ਨਾਲ, ਕਰਜ਼ਾ ਚੱਕ ਕੇ, ਜੋ ਗੋਲਡ ਲੋਨ ਲਿਆ, ਜੋ ਆੜਤੇ ਤੋਂ ਵਿਆਜ ਲਏ, ਜੋ ਪੈਸੇ ਧਰੇ ਬਹੁਤ ਮਜ਼ਬੂਰੀ ਨਾਲ ਕਰੇ ਉਹਨੇ, ਕਿਉਂਕਿ 28-30 ਲੱਖ ਰੁਪਇਆ ਪਹਿਲਾਂ 14-15 ਸੀ, 28-30 ਲੱਖ ਰੁਪਇਆ ਘਰੇ ਕੈਸ਼ ਨਹੀਂ ਹੁੰਦਾ, ਬਹੁਤ ਉਤਰਾਅ ਚੜ੍ਹਾਅ ਕਰਨੇ ਪੈਂਦੇ ਨੇ, ਤਾਂ ਜਾ ਕੇ 28-30 ਲੱਖ ਇਕੱਠਾ ਹੁੰਦਾ, ਡਿਗਰੀਆਂ ਵੀ ਨਹੀਂ ਇਕੱਠੀਆਂ ਹੁੰਦੀਆਂ। ਬਟ ਜਦੋਂ ਪੀ ਪੀ ਆਰ ਆ ਜਾਂਦੇ, ਬੱਚੇ ਨੂੰ ਲੱਗਦਾ ਹੈ ਨਾ ਕਿ ਬਾਹਰ ਜਾ ਕੇ ਮੇਰੇ ਸੁਪਨੇ ਪੂਰੇ ਹੋ ਗਏ, ਮੈਂ ਆਪਣੇ ਭੈਣ ਭਰਾ ਨੂੰ ਬੁਲਾਊਂਗਾ, 4-5 ਸਾਲ ਮਿਹਨਤ ਕਰੂੰਗਾ, ਬਹੁਤ ਵਧੀਆ ਸਟੈਪ ਕਰੇ ਆ। ਗੁਰੂ ਘਰ ਜਾਣ ਬਾਰੇ ਸੋਚਦਾ, ਜਿੱਥੇ ਸੁੱਖ ਸੁੱਖੀ ਹੁੰਦੀ ਆਪਾਂ ਵਾਹਿਗੁਰੂ ਦੀ ਕਿਰਪਾ ਸਦਕਾ ਹੀ ਸਭ ਕੁਛ ਹੈ। ਵੀਡੀਓ ਬਣਾ ਰਹੇ ਉਹ ਵੀ ਉਹਨਾਂ ਦੀ ਕਿਰਪਾ ਤੋਂ ਬਾਹਰ ਨਹੀਂ ਹੈਗਾ, ਵਾਹਿਗੁਰੂ ਦੇ ਕੁੱਕਰ ਆਪਾਂ। ਬਟ ਫਿਰ ਅਚਾਨਕ ਅਗਲੇ ਦਿਨ ਜਦੋਂ ਖੁਸ਼ੀਆਂ ਵਿਚਾਰੇ ਦੀ ਇੰਨੇ ਜ਼ਿਆਦਾ ਉੱਪਰ ਹੋ ਜਾਂਦੇ ਨੇ, ਅਗਲੇ ਦਿਨ ਬੱਚੇ ਨੂੰ ਮੇਲ ਆਉਂਦੀ ਹੈ ਜੀ ਸੀ ਗੀ ਦੇ ਵਿੱਚ ਕਿ ਤੁਹਾਡੀ ਪੀ ਪੀ ਆਰ ਨਹੀਂ ਆਈ, ਉਹ ਬਾਏ ਮਿਸਟੇਕ ਅੰਬੈਸੀ ਤੋਂ ਗਲਤੀ ਹੋ ਗਈ ਅਤੇ ਉਹ ਵੀਜ਼ਾ ਨਹੀਂ ਹੈਗਾ ਜੀ, ਉਹ ਰਿਜੈਕਸ਼ਨ ਹੈ। ਜਾਂ ਉਹ ਫਾਈਲ ਤੁਹਾਡੀ ਹਲੇ ਵੀ ਅੰਡਰ ਰਿਵਿਊ ਹੈ। ਰਿਜੈਕਸ਼ਨ ਬਹੁਤ ਵਾਰੀ ਆ ਚੁੱਕੀ ਹੈ ਬੱਚਿਆਂ ਨੂੰ, ਪੀ ਪੀ ਆਰ ਤੋਂ ਬਾਅਦ ਰਿਜੈਕਸ਼ਨ। ਅਤੇ ਇੱਥੇ ਪੀ ਪੀ ਆਰ ਤੋਂ ਬਾਅਦ ਕੀ ਹੈ, ਯੂਅਰ ਫਾਈਲ ਇਜ਼ ਅੰਡਰ ਰਿਵਿਊ। ਕਿਹੜਾ ਮੂੰਹ ਲੈ ਕੇ ਏਜੰਟ ਬੱਚੇ ਨੂੰ ਦੱਸੂਗਾ ਵੀ ਇਹ ਪ੍ਰੋਬਲਮ ਆਈ, ਔਰ ਬੱਚਾ ਏਜੰਟ ਦੇ ਥੋ ਪਤਾ ਵੀ ਆਹ ਚੀਜ਼ਾਂ ਦੱਸੋ, ਏਜੰਟ ਆਪ ਵਿਚਾਰਾ ਹੈਰਾਨ ਪਰੇਸ਼ਾਨ, ਕਿਉਂਕਿ ਉਹਨੂੰ ਵੀ ਖੁਸ਼ੀ ਹੁੰਦੀ ਹੈ ਕਿ ਮੈਂ ਆਪਦਾ ਵੀਜ਼ਾ ਦਿਖਾਊਂਗਾ, ਉਹਨੇ ਆਪਣੀ ਟੀਮ ਨਾਲ ਸ਼ੇਅਰ ਕਰ ਦਿੱਤਾ ਗਿਆ ਹੁੰਦਾ, ਇੰਨੀ ਜਲਦੀ ਆਪਾਂ ਪੀ ਪੀ ਆਰ ਦੀ ਪੋਸਟ ਵੀ ਬਣਾ ਲੈਂਦੇ ਹਾਂ, ਕੀ ਕਰਾਂਗੇ ਆਪਾਂ ਨਾਲ ਦੀ ਨਾਲ ਦੱਸਾਂਗੇ ਕਿ ਵੀਜ਼ਾ ਨਹੀਂ ਆਇਆ, ਪਰਿਵਾਰ ਨੂੰ ਬੱਚਾ ਕੀ ਦੱਸੂਗਾ। ਅਤੇ ਇਹ ਜਿਹੜੀ ਪ੍ਰੋਬਲਮ ਹੈ, ਪਹਿਲਾਂ ਰੇਅਰ ਸੀਗੀ, ਹਜ਼ਾਰਾਂ ਫਾਈਲਾਂ 'ਚ ਇੱਕ ਆਉਂਦੀ ਸੀ, ਬਟ ਹੁਣ ਮੇਰੇ ਬਣਾਉਂਦੇ ਬਣਾਉਂਦੇ ਦੂਜੀ ਤੀਜੀ ਵੀਡੀਓ ਹੈ, ਇਸ 15-20 ਦਿਨਾਂ ਦੇ ਵਿੱਚ ਵੀ ਸਾਡੇ ਕੋਲ 5-6 ਇਨਕੁਆਇਰੀਜ਼ ਆ ਗਈਆਂ। ਇੱਕ ਬੱਚੇ ਨੇ ਫਾਈਲ ਵਿਦਡਰਾਅ ਕਰ ਲਈ, ਦੂਜੇ ਤੀਜੇ ਦਿਨ ਬੱਚੇ ਨੂੰ ਵੀਜ਼ਾ ਮਿਲ ਗਿਆ। ਅੰਬੈਸੀ ਨੇ ਪੁੱਛਿਆ ਕਿ ਫਾਈਲ ਵਿਦਡਰਾਅ ਕਿਉਂ ਕੀਤੀ, ਰੀਜ਼ਨ ਇਹ ਸੀਗਾ ਕਿ ਅਸੀਂ ਬੈਕਲੋਗ 'ਚ ਸਾਡੀ ਫਾਈਲ ਨਾ ਪਵੇ, ਅਸੀਂ ਹਲੇ ਵੀ ਰਿਜਿਡ ਹਾਂ, ਅਸੀਂ ਹਲੇ ਵੀ ਮਤਲਬ ਜਾਣਾ ਚਾਹੁੰਦੇ ਹਾਂ ਕੈਨੇਡਾ। ਤਾਂ ਉੱਥੇ ਜਦੋਂ ਵੈਫਾਰਮ ਰੇਜ਼ ਕਰਨਾ, ਇਕੱਲਾ ਵੈਫਾਰਮ ਰੇਜ਼ ਕਰਕੇ ਹੀ ਤੁਸੀਂ ਕੀ ਹੈ ਪ੍ਰੋਪਰ ਰੀਜ਼ਨ ਦਿਓ ਕਿਉਂ ਵਿਦਡਰਾਅ ਕਰਕੇ ਦੁਬਾਰਾ ਫਾਈਲ ਲਗਾਉਣੀ ਚਾਹੁੰਦੇ ਹੋ, 3-4 ਮਹੀਨੇ ਦਾ ਟਾਈਮ ਲੈ ਕੇ ਚੱਲੋ, ਰਾਈਟ। ਬਟ ਇੱਥੇ 90% ਤੋਂ ਜ਼ਿਆਦਾ ਚਾਂਸਿਸ ਹੁੰਦੇ ਨੇ ਕਿ ਜਦੋਂ ਤੁਹਾਨੂੰ ਇੱਦਾਂ ਦੀ ਮਿਸਟੇਕ ਆ ਜਾਂਦੀ ਹੈ IRCC ਅੰਬੈਸੀ ਤੋਂ, ਕਿ ਜਦੋਂ ਤੁਹਾਨੂੰ ਵੀਜ਼ਾ ਆਉਣ ਦੀ ਬਜਾਏ ਪਹਿਲਾਂ ਤੁਹਾਨੂੰ ਪੀ ਪੀ ਆਰ ਦੇ ਦਿੰਦੇ ਨੇ, ਵਿਦਇਨ ਕਪਲ ਆਫ ਆਰਸ ਜਾਂ 24 ਘੰਟੇ ਕਹਿ ਲਓ, ਯੂ ਵਿਲ ਬੀ ਗਿਵਨ ਰਿਜੈਕਸ਼ਨ, ਕਿ ਜਿਹੜੀ ਤੁਹਾਡੀ ਮੇਲ ਹੈ ਉਸ ਨੂੰ ਡਿਸਰਿਗਾਰਡ ਕਰਕੇ ਰਿਜੈਕਸ਼ਨ ਹੈ ਤੁਹਾਡੀ, ਜਾਂ ਤੁਹਾਡੇ ਕੀ ਹੈ ਫਾਈਲ ਅੰਡਰ ਰਿਵਿਊ ਹੈ, ਬੱਚਾ ਪਾਸਪੋਰਟ ਭੇਜਣ ਲਈ ਤਿਆਰ ਹੁੰਦਾ। ਕਈ ਏਜੰਟ ਕਹਿ ਦਿੰਦੇ ਨੇ ਕਿ ਤੁਸੀਂ ਪਾਸਪੋਰਟ ਭੇਜ ਦਿਓ, ਕੀ ਪਤਾ ਸਟੈਂਪ ਲੱਗ ਜਾਵੇ, ਕੁਝ ਉਹ ਚੀਜ਼ਾਂ ਨਹੀਂ ਹੁੰਦੀਆਂ, ਇੱਦਾਂ ਬਿਲਕੁਲ ਨਹੀਂ ਹੋਊਗਾ।
ਹਾਲੇ ਤੁਸੀਂ ਉਸ ਚੀਜ਼ ਦੀ ਵੇਟ ਕਰੋ, ਵੈਬ ਫਾਰਮ ਰੇਜ਼ ਕਰੋ, ਉੱਥੇ ਪ੍ਰੋਪਰ ਆਪਣਾ ਰਿਵਿਊ ਦਿਓ, ਪ੍ਰੋਪਰ ਆਪਣਾ ਰੀਜ਼ਨ ਡਿਕਲੇਅਰ ਕਰੋ ਕਿ ਕੀ ਚੀਜ਼ਾਂ ਹੋ ਕੇ ਹਟੀਆਂ ਨੇ ਤੁਹਾਡੇ ਨਾਲ, ਰਾਈਟ। ਅਗਰ ਤੁਹਾਡੀ ਰਿਜੈਕਸ਼ਨ ਆ ਗਈ, ਮੋਰ ਦੈਨ 90% ਚਾਂਸਿਸ ਆਰ ਵੈਰੀ ਸ਼ਾਰਪ ਕਿ ਆਹ ਜਦੋਂ ਪੀ ਪੀ ਆਰ ਤੋਂ ਬਾਅਦ ਪ੍ਰੋਬਲਮ ਆ ਜਾਂਦੇ ਤਾਂ ਰਿਜੈਕਸ਼ਨ ਦੇ ਕਾਫੀ ਘੱਟ ਚਾਂਸਿਸ ਨੇ, 10% ਹੈ ਆਊਟ ਆਫ 100 ਆਪਾਂ ਕਹਿ ਦਈਏ। ਜੇ 100 ਬੱਚੇ ਨੇ ਅਪਲਾਈ ਕਰਿਆ ਤਾਂ 10 ਬੱਚੇ ਦਾ ਕੀ ਹੈ ਰਿਜੈਕਸ਼ਨ ਹੋਊਗੀ, 90 ਦੇ ਵੀਜ਼ਾ ਆਉਣਗੇ। ਬਟ ਅਗਰ ਇੱਦਾਂ ਦੀ ਪ੍ਰੋਬਲਮ ਆ ਜਾਂਦੇ ਤਾਂ ਤੁਸੀਂ ਦੁਬਾਰਾ ਰੀਅਪਲਾਈ ਕਰ ਸਕਦੇ ਹੋ, ਔਰ ਐਸ ਓ ਪੀ ਦੇ ਵਿੱਚ ਐਕਸਪਲੇਨੇਸ਼ਨ ਲੈਟਰ ਦੇ ਵਿੱਚ ਪ੍ਰੋਪਰ ਤੁਸੀਂ ਡਿਫਾਈਨ ਕਰ ਸਕਦੇ ਹੋ ਚੀਜ਼ਾਂ। ਸੋ ਤੁਸੀਂ ਮੇਕ ਇਟ ਐਜ਼ ਏ ਸਿੰਪਥੀ ਫੈਕਟਰ, ਰਾਈਟ, ਤੁਸੀਂ ਲਿਖ ਸਕਦੇ ਹੋ। ਬਾਕੀ ਤੁਹਾਡੀ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਜ਼ਿਆਦਾ ਜ਼ਰੂਰੀ ਹੈ। ਇਸ ਪ੍ਰੋਬਲਮ ਨੂੰ ਲੈ ਕੇ ਅਗਰ ਤੁਹਾਡੇ ਮਨ 'ਚ ਫਿਰ ਵੀ ਕੋਈ ਡਾਊਟ ਹੁੰਦਾ ਤਾਂ ਨੀਚੇ ਕਮੈਂਟ ਕਰਕੇ ਆਪਣਾ ਸਵਾਲਾਂ ਦਾ ਜਵਾਬ ਲੈ ਸਕਦੇ ਹੋ। ਬਾਕੀ ਨੈਕਸਟ ਵੀਡੀਓ ਗੱਲ ਕਰਾਂਗੇ, ਟਿਲ ਦੈਨ ਟੇਕ ਕੇਅਰ, ਗੁੱਡ ਬਾਏ, ਰੱਬ ਰੱਖੇ।